ਆਖਿਰ ਕੌਣ ਹੈ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਜਿਸ ਉੱਤੇ ਆਪਣੀ ਸੱਸ ਉੱਤੇ ਗੋਲੀ ਚਲਾਉਣ ਦੇ ਦੋਸ਼ ਲੱਗ ਰਹੇ ਨੇ। ਹਾਲਾਂਕਿ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਇਸ ਵੀਡੀਓ ਵਿੱਚ ਆਪਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਦੇ ਜੀਵਨ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਬਾਬੇ ਗੁਰਵਿੰਦਰ ਸਿੰਘ ਦਾ ਜਨਮ ਪਿੰਡ ਖੇੜੀ ਜੱਟਾਂ ਦੇ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ। ਇਹਨਾਂ ਨੇ ਆਪਣੇ ਪਿੰਡ ਖੇੜੀ ਦੇ ਸਰਕਾਰੀ ਸੀਨੀਅਰ ਸਕੂਲ ਤੋਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਅਮਰਗੜ੍ਹ ਤੋਂ ਇਹਨਾਂ ਨੇ ਪਲੱਸ ਟੂ ਤੱਕ ਦੀ ਪੜ੍ਹਾਈ ਕੰਪਲੀਟ ਕੀਤੀ। ਸਕੂਲਾਂ ਦੇ ਵਿੱਚ ਹੋਣ ਵਾਲੀਆਂ ਖੇਡਾਂ 'ਚ ਵੀ ਉਹ ਭਾਗ ਲੈਂਦੇ ਰਹੇ ਤੇ ਸਟੇਟ ਲੈਵਲ ਤੱਕ ਖੇਡਾਂ ਖੇਡੀਆਂ। ਉਸ ਤੋਂ ਬਾਅਦ ਇਹਨਾਂ ਨੇ BBED ਦੀ ਪੜ੍ਹਾਈ ਦੇ ਨਾਲ ਨਾਲ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ। ਬਾਬੇ ਗੁਰਵਿੰਦਰ ਦਾ ਕਹਿਣਾ ਹੈ ਕਿ ਮੈਂ ਕਾਲਜ ਦੇ ਦਿਨਾਂ 'ਚ ਕਮੈਂਟਰੀ ਵਗੈਰਾ ਕਰਿਆ ਕਰਦਾ ਸੀ ਤੇ ਨਾਲ ਹੀ ਮੈਂ ਥੋੜੀ ਬਹੁਤੀ ਭਲਵਾਨੀ ਵੀ ਕੀਤੀ ਹੈ। ਪੜ੍ਹਾਈ ਖਤਮ ਹੋਣ ਤੋਂ ਬਾਅਦ ਇਹਨਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜੂਸ ਦੀ ਦੁਕਾਨ ਕਰ ਲਈ ਜੋ ਕਿ ਨਾ ਚੱਲ ਸਕੀ। ਫਿਰ ਇਹਨਾਂ ਨੇ ਮੀਟ ਦੀ ਦੁਕਾਨ ਕੀਤੀ, ਉਹ ਵੀ ਨਾ ਚੱਲੀ। ਉਸ ਤੋਂ ਬਾਅਦ ਫਿਰ ਇਹ ਆਪਦੇ ਪਿੰਡ ਖੇੜੀ ਆ ਕੇ ਰਹਿਣ ਲੱਗੇ। ਉੱਥੇ ਆਪਣੀ ਜ਼ਮੀਨ 'ਚ ਡੇਰਾ ਬਣਾਇਆ, ਗਰੀਬ ਬੇਸਹਾਰਾ ਮਰੀਜ਼ਾਂ ਲਈ ਆਸ਼ਰਮ ਬਣਾਇਆ ਜਿੱਥੇ ਅਪਾਹਜ ਦੇ ਮਰੀਜ਼ ਲੋਕਾਂ ਦੀ ਸੇਵਾ ਦਾ ਕੰਮ ਕੀਤਾ ਜਾਂਦਾ ਹੈ। ਹੁਣ ਬਾਬਾ ਜਿਹਨਾਂ ਲੋਕਾਂ ਦਾ ਕੰਮ ਸੁਧਾਰ ਦਿੰਦਾ ਹੈ ਉਹ ਲੋਕ ਬਾਬੇ ਨੂੰ ਪੈਸਾ ਟਕਾ ਦੇ ਜਾਂਦੇ ਨੇ। ਬਾਬੇ ਦਾ ਕਹਿਣਾ ਹੈ ਕਿ ਇੱਕ ਵਾਰ ਮੈਨੂੰ 52 ਲੱਖ ਦਾ ਮੱਥਾ ਟਿਕਿਆ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਮੈਨੂੰ ਕਰੋੜਾਂ ਦੀਆਂ ਘੋੜੀਆਂ ਤੇ ਗੱਡੀਆਂ ਵੀ ਦਾਨ ਦਿੱਤੀਆਂ। ਉਹਨਾਂ ਦੇ ਡੇਰੇ 'ਚ 17-18 ਘੋੜੀਆਂ ਖੜੀਆਂ ਨੇ। ਘੋੜੀਆਂ ਰੱਖਣ ਦਾ ਉਹਨਾਂ ਨੂੰ ਕਾਫੀ ਸ਼ੌਂਕ ਹੈ। ਇਸ ਤੋਂ ਬਿਨਾਂ ਬਾਬਾ ਭੰਗ ਪੀਣ ਤੇ ਅਫੀਮ ਖਾਣ ਦਾ ਵੀ ਆਦੀ ਹੈ। ਬਾਬੇ ਦੇ ਸਿਰ ਉੱਤੇ ਟਾਂਕੇ ਲੱਗੇ ਹੋਏ ਨੇ, ਇਸ ਕਰਕੇ ਉਹ ਬਹੁਤੀ ਦੇਰ ਪੱਗ ਨਹੀਂ ਬੰਨ ਸਕਦੇ। ਪੱਗ ਬੰਨਣ ਨਾਲ ਉਹਨਾਂ ਦਾ BP ਤੇ ਧੜਕਣ ਵੱਧ ਜਾਂਦੀ ਹੈ ਤੇ ਉਹਨਾਂ ਨੂੰ ਦੌਰਾ ਪੈ ਜਾਂਦਾ ਹੈ। ਬਾਬੇ ਦਾ ਕਹਿਣਾ ਹੈ ਕਿ ਜਦੋਂ ਮੈਂ 10 ਸਾਲਾਂ ਦਾ ਸੀ ਤਾਂ ਮੈਂ ਸੰਤ ਭਿੰਡਰਾਂ ਵਾਲਾ ਦੀਆਂ ਸਾਰੀਆਂ ਸਪੀਚਾਂ ਸੁਣਦੀਆਂ ਸੀ। ਜਦੋਂ ਲਾਕਡਾਊਨ ਲੱਗਿਆ ਤਾਂ ਇਹਨਾਂ ਨੇ ਪਿੰਡ ਬੇਗੋਵਾਲ ਦੇ ਵਿੱਚ 1.5 ਕਰੋੜ ਰੁਪਏ ਲਾ ਕੇ ਆਸ਼ਰਮ ਬਣਾਇਆ। ਦਿੱਲੀ ਕਿਸਾਨ ਮੋਰਚੇ ਵੇਲੇ ਬਾਬੇ ਨੇ ਐਲਾਨ ਕਰਤਾ ਕਿ ਮੈਨੂੰ 15 ਦਿਨ ਦੇ ਦਿਓ, ਮੈਂ 3 ਕਾਲੇ ਕਾਨੂੰਨ ਰੱਦ ਕਰਵਾ ਦਿਆਂਗਾ। ਉਹਨਾਂ ਦੇ ਇਸ ਐਲਾਨ ਕਰਕੇ ਵੀ ਕਾਫੀ ਵਾਦ ਵਿਵਾਦ ਹੋਇਆ ਸੀ। ਉਸ ਤੋਂ ਬਾਅਦ ਪਿਛਲੇ ਸਾਲ ਹੀ ਬਾਬੇ ਦਾ ਵਿਆਹ ਹੋਇਆ ਸੀ। ਬਾਬੇ ਦਾ ਕਹਿਣਾ ਹੈ ਕਿ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਉਹਨਾਂ ਦੀ ਸੱਸ ਤੇ ਸਾਲੇ ਨੇ ਰੰਗ ਵਿਖਾਉਣੇ ਸ਼ੁਰੂ ਕਰਤੇ। ਉਹ ਮੇਰੀ ਪਤਨੀ ਨੂੰ ਮੇਰੇ ਕੋਲ ਰਹਿਣ ਨਹੀਂ ਦਿੰਦੇ, ਜ਼ਿਆਦਾਤਰ ਆਪਦੇ ਕੋਲ ਹੀ ਰੱਖਦੇ ਨੇ। ਏਦਾਂ ਜਦੋਂ ਬਾਬਾ ਆਪਦੀ ਘਰਵਾਲੀ ਨੂੰ ਲੈਣ ਗਿਆ ਤਾਂ ਉੱਥੇ ਮਾਮਲਾ ਵੱਧ ਗਿਆ। ਬਾਬੇ ਨੇ ਕਿਹਾ ਕਿ ਮੇਰੀ ਸੱਸ ਤੇ ਸਾਲੇ ਨੇ ਮੇਰੇ ਵਿੱਚ ਭਜਾ ਕੇ ਗੱਡੀ ਮਾਰੀ, ਮੈਨੂੰ ਸੱਟਾਂ ਲੱਗੀਆਂ, ਮੇਰੇ ਨਾਲ ਦੇ ਮੁੰਡੇ ਤੋਂ ਇਹਨਾਂ ਨੇ ਬੰਦੂਕ ਖੋਹ ਲਈ ਤੇ ਸਾਡੇ ਤੇ ਗੋਲੀਆਂ ਚਲਾਈਆਂ। ਦੂਜੇ ਪਾਸੇ ਬਾਬੇ ਦੀ ਸੱਸ ਦਾ ਕਹਿਣਾ ਹੈ ਕਿ ਬਾਬੇ ਨੇ ਉਹਨਾਂ ਉੱਤੇ ਗੋਲੀਆਂ ਚਲਾਈਆਂ, ਸਾਡਾ ਕੋਈ ਕਸੂਰ ਨਹੀਂ ਹੈ। ਬਾਕੀ ਪੁਲਿਸ ਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਹੇ ਨੇ। ਤੁਸੀਂ ਖੇੜੀ ਵਾਲੇ ਬਾਬੇ ਬਾਰੇ ਕੀ ਸੋਚਦੇ ਹੋ? ਕਿ ਉਹਨਾਂ ਦੀ ਗਲਤੀ ਹੈ ਜਾਂ ਉਹਨਾਂ ਦੇ ਸਹੁਰੇ ਪਰਿਵਾਰ ਦੀ ਗਲਤੀ ਹੈ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।